दो पैरों बी वन बी सभी काम करते हैं। तो चुग साहब वहाँ डटे हुए हैं, तो चुग साहब के साथ जो बड़े हमारे कामरेड साथी हैं वो भी वहाँ मैदान जंग में आए और उनका कुछ हल निकलवा सके। तो साथियों यही कहूँगा कि आप सब एकजुट रहें, मजदूर दिवस को अपने ਕੁਮਾਰ ਜੀ ਨੂੰ ਕਹਾਂਗਾ ਤੇ ਆ ਕੇ ਆਪਣੇ ਵਿਚਾਰ ਸਾਂਝੇ ਕਰੋ। ਵਿਚਾਰ ਵਟਾਂਦਰਾ ਵੀ ਸਟੇਜ ਤੇ ਹੁੰਦਾ ਹੈ, ਸਾਰੇ ਲੀਡਰ ਤਕਰੀਬਨ ਜ਼ਿਲ੍ਹੇ ਤਹਿਸੀਲ ਜਾਂ ਸਟੇਟ ਲੈਵਲ 2017-2016 'ਚ ਪੇ ਕਮਿਸ਼ਨ ਦੇ ਔਰ ਆਪਣਾ ਅੱਜ ਤੱਕ 19 ਤੱਕ ਜਿਹੜਾ 2000 ਮੰਗਾਇਆ ਜੀ ਪੇ ਕਮਿਸ਼ਨ ਦੀ ਰਿਪੋਰਟ ਦੇਣੀ ਉਹ ਵੀ ਦੱਬ ਕੇ ਬੈਠੇ ਉਹ ਅੱਜ ਤੱਕ। ਅਸੀਂ ਕਹਿੰਦੇ ਵੀ 50% ਜਿਹੜਾ ਮੰਗਾਇਆ DA ਦਾ ਜਦ ਤੱਕ ਵੀ ਦੱਬ ਕੇ ਬੈਠੇ ਸਾਨੂੰ ਪੇ। ਅਸੀਂ ਕਹਿੰਦੇ ਵੀ 50% ਸਾਨੂੰ ਆਈਆ ਵੀ ਨਹੀਂ ਕੀਤਾ ਉਹ DA ਵੀ ਤੱਕ ਔਰ ਅਸੀਂ ਕਹਿੰਦੇ ਵੀ ਜਿਹੜਾ ਪਿਛਲੀ ਸਰਕਾਰ ਉਹ ਵੀ ਨਹੀਂ ਕਾਨੂੰਨ ਬਣਾ ਕੇ ਗਈ DA ਵੀ ਨਹੀਂ ਦਿੱਤਾ ਵੀ ਜਿਹੜੇ ਠੇਕੇ ਦੇ ਕਰਨੇ ਆ ਜਿਹੜਾ ਕੰਮ ਕਰਦੇ ਆ ਪਿਛਲੀ ਸਰਕਾਰ ਦੇ ਕਾਨੂੰਨ ਬਣਾ ਕੇ ਜਿਹੜੇ ਠੇਕੇ ਦੇ ਕਰਨ ਨੂੰ ਨਹੀਂ ਕੰਮ ਕੇ ਗਏ ਉਹਨਾਂ ਨੂੰ ਅਸੀਂ ਡਿਮਾਂਡ ਰੱਖੀਆਂ
ਜਿਹੜੇ 2018 ਤੇ ਸੀਗੇ ਪੈਨਸ਼ਨ ਬੰਦ ਕੀਤੀ ਹੈ ਉਹ ਲਾਗੂ ਕੀਤੀ ਹੈ ਅਸੀਂ ਡਿਮਾਂਡਾਂ ਰੱਖ ਔਰ 2000 ਠੇਕੇਦਾਰੀ ਸਿਸਟਮ ਪੈਨਸ਼ਨ ਬੰਦ ਕੀਤੀ ਹੈ ਔਰ ਠੇਕੇਦਾਰੀ ਜਿਹੜੀ ਕਮੇਟੀ ਔਰ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਔਰ ਠੇਕੇਦਾਰੀ ਜਿਹੜੀ ਸਾਡਾ ਮੁੱਦਾ ਹੈ ਮਰਨ ਵੱਟ ਦੇ ਉਹ ਕਮੇਟੀਆਂ ਖੁਦ ਸਰਕਾਰੀ ਸੈਕਟਰੀ ਬੱਸ ਅੱਡੇ 'ਤੇ ਜਿਹੜੀ ਮਰਨ ਵੱਟ ਦੇ ਉਹ 34 ਵਾਰ ਸਰਕਾਰੀ ਸੈਕਟਰ ਲੇਕਿਨ ਹੁਣ ਇਹ ਬਿਗਲ ਵੱਜ ਚੁੱਕਿਆ ਸਰਦਾਰ ਸੱਜਣ ਸਿੰਘ ਔਰ ਜਦ ਤੱਕ ਇਹ ਸਰਕਾਰ ਬੈਠੀ ਕਹਿੰਦੀ ਵੀ ਸਾਡਾ ਲੇਕਿਨ ਹੁਣ ਚੋਣਾਂ ਦਾ ਬਿਗਲ ਵੱਜ ਚੁੱਕਿਆ ਅਸੀਂ ਪਿੱਛੇ ਵੀ ਜਦ ਤੱਕ ਇਹ ਸਰਕਾਰ ਦੇ ਵਿੱਚ ਕਹਿੰਦੇ ਵੀ ਸਾਡਾ ਡਿਮਾਂਡ ਚੋਣਾਂ ਦਾ ਮੌਕਾ ਅਸੀਂ ਕਿਹਾ ਵੀ ਤੁਸੀਂ ਅਸੀਂ ਪਿੱਛੇ ਚੋਣਾਂ ਦੇ ਵਿੱਚ ਲੈ ਜਾ ਇਹ ਸਾਡੀ ਇਹ ਪੁਰਾਣੀ ਮੰਗਾਂ ਨੇ ਵੀ ਅਸੀਂ ਕਿਹਾ ਵੀ ਅਸੀਂ ਚੋਣ ਕਮਿਸ਼ਨ ਨਾਲ ਲਈ ਕੇ ਭੇਜ ਪਾਸੀ ਕਰਾ ਲਾਂਗੇ ਸਾਡੀ ਇਹ ਪੁਰਾਣੀ ਮੰਗਾਂ ਨੇ ਜੋ ਵੀ ਅਸੀਂ ਦੇ ਦਈਏ ਪਰ ਤੁਸੀਂ ਲਿਖ ਕੇ ਨਾ ਨਾਲ ਲਈਏ ਉਹ ਅਸੀਂ ਕਰਾ ਲਾਂਗੇ।